ਸ੍ਰੀਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਆਪਣੇ ਵੀਡੀਓ ਦੇਖ ਰਹੇ ਆ ਸਾਰੇ ਵੀਰਾਂ ਦਾ ਸਵਾਗਤ ਹੈ ਜਿਹੜੇ ਮੈਂ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਪਤਾ ਲੱਗ ਸਕੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਫੋਰ ਸਟ੍ਰੋਕ ਇੰਜਨ ਬਾਰੇ ਕਿ ਫੋਰ ਸਟ੍ਰੋਕ ਇੰਜਨ ਕੀ ਹੁੰਦਾ ਹੈ ਉਹ ਕਿਵੇਂ ਕੰਮ ਕਰਦਾ ਹੈ ਅਤੇ ਪਹਿਲਾਂ ਆਪਾਂ ਸੁਣਦੇ ਹੁੰਦੇ ਵੀ ਸਕੂਟਰ ਇਹ ਫੋਰ ਸਟ੍ਰੋਕ ਆ ਗਿਆ ਅਤੇ ਪਹਿਲਾਂ ਉਹ ਟੂ ਸਟ੍ਰੋਕ ਸੀਗਾ ਅਤੇ ਜਿਹੜਾ ਟੂ ਸਟ੍ਰੋਕ ਇੰਜਨ ਹੈ ਪਹਿਲਾਂ ਆਪਾਂ ਉਹਦੇ ਬਾਰੇ ਥੋੜ੍ਹੀ ਬਹੁਤੀ ਗੱਲਬਾਤ ਕਰ ਲੈਂਦੇ ਹਾਂ ਜਿਹੜਾ ਟੂ ਸਟ੍ਰੋਕ ਇੰਜਨ ਹੈ ਉਹਦੇ ਵਿੱਚ ਪਿਸਟਮ ਨੂੰ ਦੋ ਵਾਰੀ ਹਰਕਤ ਕਰਨੀ ਪੈਂਦੀ ਹੈ ਇੱਕ ਵਾਰੀ ਉੱਪਰੋਂ ਥੱਲੇ ਅਤੇ ਦੂਜੀ ਵਾਰੀ ਥੱਲੇ ਉੱਪਰ ਇੰਨੇ 'ਚ ਉਹਦੀ ਇੱਕ ਵਾਰੀ ਪਾਵਰ ਪ੍ਰੋਡਿਊਸ ਕਰ ਦਿੰਦਾ ਉਹ ਇੰਨੇ ਟਾਈਮ 'ਚ ਅਤੇ ਜਿਹੜਾ ਹੈਗਾ ਗਾ ਫੋਰ ਸਟ੍ਰੋਕ ਇੰਜਨ ਉਹਦੇ ਵਿੱਚ ਪਿਸਟਮ ਨੂੰ ਇੱਕ ਵਾਰੀ ਥੱਲੇ ਫਿਰ ਉੱਪਰ ਫਿਰ ਥੱਲੇ ਫਿਰ ਉੱਪਰ ਭਾਵ ਚਾਰ ਵਾਰੀ ਉੱਪਰ ਥੱਲੇ ਜਾਣਾ ਪੈਂਦਾ ਅਤੇ ਫੋਰ ਸਟ੍ਰੋਕ ਇੰਜਨ ਦੇ ਵਿੱਚ ਹਵਾ ਨੂੰ ਰੋਕਣ ਛੱਡਣ ਵਾਸਤੇ ਬਾਲ ਲੱਗੇ ਹੁੰਦੇ ਆ ਜਿਹੜਾ ਹੈਗਾ ਗਾ ਟੂ ਸਟ੍ਰੋਕ ਇੰਜਨ ਉਹਦੇ 'ਚ ਪੋਰਟ ਬਣੇ ਹੁੰਦੇ ਉਹਦੇ 'ਚ ਬਾਲ ਨਹੀਂ ਹੁੰਦੇ ਚਲੋ ਆਪਾਂ ਅੱਜ ਗੱਲ ਕਰਾਂਗੇ ਫੋਰ ਸਟ੍ਰੋਕ ਇੰਜਨ ਬਾਰੇ ਕਿ ਉਹਦੇ 'ਚ ਵੀ ਚਾਰ ਸਥਿਤੀਆਂ ਦੇ ਵਿੱਚ ਉਹ ਕੀ ਕਰਦਾ ਉਹਦੇ ਵਾਸਤੇ ਆਪਾਂ ਇੱਕ ਆਹ ਸਰਿੰਜ ਦੇ ਨਾਲ ਤੁਹਾਨੂੰ ਦੱਸਾਂਗੇ ਦੇਖੋ ਟਰੈਕਟਰ ਦਾ ਤਾਂ ਜਾਂ ਕੋਈ ਆਪਾਂ ਇੰਜਨ ਦਾ ਦਿਖਾ ਨਹੀਂ ਸਕਦੇ ਵਿੱਚ ਕੀ ਹਰਕਤ ਹੋ ਰਹੀ ਹੈ ਪਰ ਆਪਾਂ ਇਹ ਸਰਿੰਜ ਨਾਲ ਜ਼ਰੂਰ ਦੱਸ ਸਕਦੇ ਹਾਂ ਵੀ ਕੀ ਹੁੰਦਾ ਫੋਰ ਸਟ੍ਰੋਕ ਇੰਜਨ ਜਾਂ ਕਿਵੇਂ ਟਰੈਕਟਰ ਪਾਵਰ ਪ੍ਰੋਡਿਊਸ ਕਰਦਾ ਉਹਦੇ ਵਾਸਤੇ ਜਦੋਂ ਟਰੈਕਟਰ ਦੇਖੋ ਪਹਿਲਾ ਸਟ੍ਰੋਕ ਸ਼ੁਰੂ ਹੁੰਦਾ ਉਦੋਂ ਉੱਪਰੋਂ ਪਿਸਟਮ ਥੱਲੇ ਨੂੰ ਜਾਂਦਾ ਵਿੱਚ ਹਵਾ ਲੈ ਗਿਆ ਇਹਨੂੰ ਇਨਟੇਕ ਕਹਿੰਦੇ ਆ ਵਿੱਚ ਹਵਾ ਭਰ ਲਈ ਆਹ ਸਲੀਬ ਮੰਨ ਲਓ ਆਹ ਮੰਨ ਲਓ ਪਿਸਟਮ ਠੀਕ ਹੈ ਵਿੱਚ ਹਵਾ ਭਰੀ ਗਈ ਉਸ ਤੋਂ ਬਾਅਦ ਬਾਲ ਬੰਦ ਹੋ ਗਿਆ ਜਿੱਥੋਂ ਦੀ ਹਵਾ ਬੜੀ ਹੈ ਉਦੋਂ ਬਾਅਦ ਪਿਸਟਮ ਉੱਪਰ ਗਿਆ ਹਵਾ ਇਕੱਠੀ ਹੋ ਗਈ ਸਾਰੀ ਇਕੱਠੀ ਹੋਣ ਦੇ ਬਾਵਜੂਦ ਦੇ ਨਾਲ ਹਵਾ ਗਰਮ ਹੋ ਗਈ ਇਹ ਹਵਾ ਜਿਹੜੀ ਇਕੱਠੀ ਹੋਈ ਹੈ ਇਹ ਪਿਸਟਮ ਦੇ ਵਿੱਚ ਜਿਹੜਾ ਟੋਆ ਬਣਿਆ ਹੁੰਦਾ ਉਹਦੇ ਵਿੱਚ ਇਕੱਠੀ ਹੋ ਜਾਂਦੀ ਹੈ ਸਾਰੀ ਦੀ ਸਾਰੀ ਹਵਾ ਜਿਹਦੇ ਨਾਲ ਉਹਦੇ ਵਿੱਚ ਹੀਟ ਪੈਦਾ ਹੁੰਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਹਵਾ ਇਕੱਠੀ ਹੋ ਗਈ ਤਾਂ ਆਹ ਨਿਊਜ਼ ਦਾ ਜਿਹੜੀ ਉਹਨੇ ਫੁਹਾਰਾ ਮਾਰ ਦੂਗੀ ਉਹ ਜਿਹੜਾ ਟੋਆ ਬਣਿਆ ਹੋਇਆ ਜਿੱਥੇ ਹਵਾ ਇਕੱਠੀ ਹੈ ਜਦੋਂ ਗਰਮ ਹਵਾ ਉਹਦੇ 'ਚ ਤੇਲ ਡਿੱਗ ਪਿਆ ਤਾਂ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਅੱਗ ਬਲਾਸਟ ਹੋ ਜਾਂਦਾ ਜਦੋਂ ਤਾਂ ਉਹ ਪੁੱਠਾ ਮੋੜਦੀ ਹੈ ਇਹਨੂੰ ਥੱਲੇ ਵਗ ਜਾਂਦਾ ਇਹਦੇ ਨਾਲ ਤੀਜਾ ਸਟ੍ਰੋਕ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਇਹ ਇਹਦੇ ਵਿੱਚ ਧੂੰਆਂ ਬਣ ਜਾਂਦਾ ਜਿਹੜੀ ਹਵਾ ਅਤੇ ਤੇਲ ਡਿੱਗ ਪਿਆ ਇਹਦੇ ਵਿੱਚ ਉਹਦਾ ਜਿਹੜਾ ਧੂੰਆਂ ਉਹ ਜਦੋਂ ਤਾਹ ਜਾਂਦਾ ਫਿਰ ਬਾਲ ਖੁੱਲ੍ਹ ਜਾਂਦਾ ਧੂੰਏ ਵਾਲਾ ਧੂੰਆਂ ਬਾਹਰ ਨਿਕਲ ਜਾਂਦਾ ਇਹਦੇ ਨਾਲ ਇੱਕ ਪਾਵਰ ਪ੍ਰੋਡਿਊਸ ਹੁੰਦੀ ਹੈ ਭਾਵ ਇੱਕ ਵਾਰੀ ਟਰੈਕਟਰ ਇੱਕ ਆਪਣਾ ਸਾਈਕਲ ਪੂਰਾ ਕਰਦਾ ਆਪਦਾ ਟਰੈਕਟਰ ਹੈ ਚਾਹੇ ਕੋਈ ਵੀ ਇੰਜਨ ਹੈ ਅਤੇ ਉਸ ਤੋਂ ਬਾਅਦ ਫਿਰ ਇਹੀ ਪ੍ਰੋਸੈਸ ਚੱਲਦਾ ਅਗਲਾ ਸਟੋ ਸਾਈਕਲ ਚੱਲ ਪੈਂਦਾ ਇਹ ਚਾਰ ਸਟ੍ਰੋਕ ਹੁੰਦੇ ਆ ਜਿਹਦੇ ਨਾਲ ਟਰੈਕਟਰ ਆਪਣੀ ਪਾਵਰ ਪੈਦਾ ਕਰਦਾ ਹੈਗਾ ਇਸ ਨੂੰ ਫੋਰ ਸਟ੍ਰੋਕ ਕਿਹਾ ਜਾਂਦਾ ਅਤੇ ਉਮੀਦ ਹੈ ਤੁਹਾਨੂੰ ਫੋਰ ਸਟ੍ਰੋਕ ਇੰਜਨ ਬਾਰੇ ਪਤਾ ਲੱਗ ਗਿਆ ਹੋਊਗਾ ਵੀ ਇਹਦੇ 'ਚ ਕੀ ਹੁੰਦਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ